ਉਹ ਕਿਉਂ ਅੱਪਾ ਮੇਰਾ ਮੰਜੂ ਨਾ ਕਹਿ ਸੁਣਦੇ ਲੀਲਾ ਫਰਮਾਸ਼ ਜਿਹੜੇ ਬਾਜ਼ਾਰ ਲਗਾ ਵਜੇ ਲੋਕ ਦੁਕਾਨਾਂ ਬੰਦ ਕਰ ਦਿੰਦੇ ਨੇ ਰੁੱਥੇ ਛੱਬੇ ਚ ਹੱਥ ਮਾਰੇ ਸੀ ਉਸਤਾਦ ਮੇਰਾ ਮਸ਼ਹੂਰ ਤਰੀਨ ਵਾਕਿਆ ਕਿਹੜਾ ਮੈਂ ਤੇ ਮੇਰਾ ਉਸਤਾਦ ਗਲੀ ਚੁਹਦੇ ਪਿਓ ਅਜਾ ਸਾਰੇ ਕੁਛ ਛੂਰ ਵੈਂਦੀ ਪਈ ਹੈ ਉਸਤਾਦ ਮੇਰਾ ਕੇ ਛੂਰ ਕੁ ਛੇੜ ਮੈਂ ਕਿ ਤੂੰ ਛੇੜ ਆ ਕਿ ਤੂੰ ਛੇੜ ਓਏ ਮੈਂ ਛੂਰ ਕੁ ਛੇੜ ਤੇ ਸੈਡ ਤੇ ਠੀਕ ਆ ਉਸਤਾਦ ਨੂੰ ਖਲੇ ਲਗਾ ਇੱਜ਼ਤ ਪਰਵਾ ਉਸਤਾਦ ਦੇ ਠੇੜ ਇੱਜ਼ਤ ਵਾਲਾ ਵਾਕਿਆ ਇੱਜ਼ਤ ਵਾਲਾ ਵਾਕਿਆ ਕਿਹੜਾ ਓਏ ਜੇ ਖਾਰੀ ਦੀ ਇੱਜ਼ਤ ਮੈਂ ਨਾਲ ਕੀਤਾ ਹਮ ਉਬਲਾ ਭੱਜ ਗਏ ਉਹਨਾਂ ਦੀ ਕਿਦਾਂ ਹੈ ਇੱਜ਼ਤ ਵਾਲਾ ਵਾਕਿਆ ਕਿਹੜਾ ਉਸਤਾਦ ਮੇਰੇ ਨੇ ਇੱਕ ਬੰਦੇ ਕੋ ਮੁੱਕ ਮਾਰੀ ਹੈ ਹਾਂ ਉਹਦੇ ਛਤਰੀ ਡੰਦ ਕਾ ਦਿੱਤੇ ਉਹ ਲਾਨਤ ਪੋਵੀ ਬੱਤਰੀ ਹੋਣੇ ਕਿਲੇ ਛਤਰੀ ਕਿਲੀ ਬੱਤੀ ਚਾਰ ਨਾਲ ਚਾਰ ਨਾਲ ਦਾ ਧਿਆਨ ਜੀ ਰਿਓ ਹਾਂ ਡਰ ਗਏ ਓਏ ਡਰ ਗਈ ਤਾਂ ਕਰ ਸੇਵਾ ਤੇ ਖਾ ਮੇਵਾ ਮੇਵਾ ਕਿੱਥੇ ਇੱਕ ਕੇ ਠਗੂ ਸ਼੍ਰੀਲੰਕਾ ਦੇ ਬੈਂਕ ਹੈ ਕਿਆ ਹਾਂ ਉਹ ਤਾਂ ਸੁਣੇ ਰਹੇ ਨੇ ਕਪਲ ਦਾ ਪੁੱਤਰਾ ਬੈਂਕ ਘਰ ਜਾਂਦੇ ਹੁੰਦੇ ਨੇ ਉਸਤਾਦ ਮੇਰਾ ਤੇ ਮੈਂ ਸ਼੍ਰੀਲੰਕਾ ਬੈਂਕ ਲੁੱਟਣ ਗਏ ਸੇ ਜਿਵੇਂ ਬੈਂਕ ਤੇ ਪੁਜੇ ਸੇ ਹਾਂ ਅਗੂ ਬੈਂਕ ਨੂੰ ਤਾਲਾ ਹਬੇ ਤੇ ਦੀਦੇ ਵਾਲੀ ਉਹ ਨਹੀਂ ਅੱਜ ਤਵਾਰ ਆਈ ਭਾਉ ਤੇ ਬੰਨ ਖੜੂ ਛੁੱਟੀ ਆਈ ਛੁੱਟੀ ਆਈ ਦੇ ਕੋ ਮਾਫ ਕਰ ਦੇ ਸਾਥੇ ਮੇਰੀ ਜੁੱਤੀ ਲਹਾ ਛੁੱਟੀ ਕਰੀ ਓ ਲੱਖ ਲਾਨਤੀ ਕਹੇ ਹੀਰੇ ਬਦਮਾਸ਼ ਦਾ ਮਸ਼ਹੂਰ ਵਾਕਿਆ ਇਕੜੀ ਕਰੋੜ ਕੋਟ ਕੱਪੜਿਆਂ ਦੀ ਮਾਰਕੀਟ ਵੜ ਗਿਆ ਮੈਂ ਕਿ ਕੱਢੋ ਸਾਰੇ ਖੁੰਡਾ ਟੈਕ ਪੂਰੀ ਮਾਰਕੀਟ ਬਾਹਰ ਨਿਕਲ ਆਈ ਹੈ ਤੂੰ ਪਹਿਲੇ ਮੈਂ ਕੁਝ ਕਰਾਂ ਵਿਚਾਰ ਤੇ ਕੁੱਟੇ ਨੇ ਤੁਸੀਂ ਕਿੱਥੇ ਮਾਰੇ ਮੇਰੀ ਵਾਰੀ ਆਈ ਹੈ ਮੈਂ ਕੁਝ ਪਿਉ ਦਾ ਖੀਰ ਪੀ ਤਵੇ ਤਾਂ ਕਲਰ ਕਲਰ ਤੇ ਲੜੇ ਪਿਉ ਦਾ ਖੀਰ ਕਿਹੜਾ ਹੁੰਦਾ ਸਹੀ ਉਹ ਕਰਿਆ ਨਹੀਂ ਦੁਕਾਨ ਵਾਲਾ ਪਰ ਤੇਰੇ ਦਾ ਬੈਠਾ ਹੋਵੇ ਨਾ ਕੋਈ ਬੰਦਾ ਖੀਰ ਤੇ ਬਾ ਚੋਰੀ ਚਾਹੁੰਦਾ ਪਿਆ ਹੋਵੇ ਉਹ ਅਚਾਨਕ ਦੇ ਕਿਨੇ ਆਦੇ ਰੱਖ ਤੇਰੇ ਪਿਉ ਦੇ ਵੈਰੀ ਗੁੱਡ ਅੱਛਾ ਉਹ ਪਿਉ ਮੈਂ ਕਹਾਂ ਜੇ ਪਿਉ ਦਾ ਖੀਰ ਪੀ ਤਵੇ ਸਹੀ ਹੈ ਤਾਂ ਕਲਾ ਕਲਾ ਤੇ ਲੜੇ ਵੱਟ ਕਿਆ ਥੀਆ ਕਲਾ ਤੇ ਕੁੱਟੇ ਸੀ ਮੇਰੀ ਵਾਰੀ ਆਈ ਏ ਮੈਂ ਮਾਰੀ ਏ ਲਕੀਰ ਮੈਂ ਕਿਹਾ ਚੜਾ ਲਕੀਰ ਤਪ ਟੈਮ ਸੇ ਸ਼ਾ ਵਿਚੇ ਸਾ ਮਤ ਕਿਆ ਥੀਆ ਗੁੱਟਾ ਨੇ ਟਪ ਦੇ ਗੁੱਟੇ ਨੇ ਮੇਰੀ ਵਾਰੀ ਆਈ ਹੈ ਮੈਂ ਆਪਣੇ ਘਰ ਚ ਕੁੱਤਾ ਵੀ ਸ਼ੇਰ ਆਉਂਦੇ ਕੁੱਤਾ ਹੀਰੇ ਦੇ ਮਹੱਲੇ ਰਹੀ ਯਾਰ ਬਦਮਾਸ਼ੀ ਵੱਲ ਦੀ ਕੈਸਾ ਪੂਰੀ ਬੈਗਨ ਭਰ ਕੇ 14,000 ਚ ਜਰੂਰ ਕੱਢਦੇ ਕੁੱਟੇ ਨੇ ਮੇਰੇ ਕੋ ਖੁਸ਼ੀ ਹੈ 14,000 ਲੱਗੇ ਉਹਨੇ ਦਾ ਤੇ ਤੁਸੀਂ ਕਿੱਥੇ ਮਾਰੇ ਮੇਰੀ ਵਾਰੀ ਨਹੀਂ ਆਈ ਬਦਮਾਸ਼ੀ ਕਰ ਗਿੰਦੀ ਬਦਮਾਸ਼ੀ ਕਰਕੇ ਦਿਖਾ ਆਖਣੇ ਮੈਂ ਪੱਖਾ ਵਾਪਸ ਕਹਿਣਾ ਕਰਾ ਸਾ ਠੀਕ ਹੈ ਤੜੀ ਦਿਖਾ ਮੈਂ ਪੱਖਾ ਵਾਪਸ ਨਹੀਂ ਕਰਾਂਗਾ ਠੀਕ ਹੈ ਚੱਲ ਲਾਈਕ ਸ਼ੋਰ ਕੈਮਰਾ ਐਸ਼ ਕਰ ਮੈਂ ਪੱਕਾ ਵਾਪਸ ਨਹੀਂ ਕਰਾਂਗਾ ਹਲ ਕਿਸਤਾ ਦੇ ਪਿਉ ਦਾ ਮਾਲ ਹੈ ਇਹ ਕਾਦੀ ਬਦਮਾਸ਼ੀ ਹੈ ਬਦਮਾਸ਼ੀ ਆਂਦੀ ਨਹੀਂ ਜਬਲ ਇਹ ਬਦਮਾਸ਼ ਇਹ ਦੇਖ ਬਦਮਾਸ਼ੀ ਜਾਏ ਬਦਮਾਸ਼ਾ ਆ ਤੂੰ ਬਾਹਰ ਕਿਆ ਕਰੋ ਮੈਂ ਨੱਥ ਪਾ ਦਿਆਂਗਾ ਬਸ ਬਸ ਚਲੋ ਇਹਦੇ ਤੇ ਬਾਬਾ ਲਾਈਕ ਸ਼ੋਰ ਕੈਮਰਾ ਐਸ਼ ਕਰ ਓਏ ਮੈਂ ਨੱਥ ਪਾ ਦਿਆਂਗਾ ਬਾਕੀ ਦਾ ਜ਼ੇਵਰ ਤੇਰੀ ਮਾਂ ਦਾ ਵੇ ਹਾਲੀ ਨੱਥ ਨਾਲ ਰਵਾ ਨਾ ਕਰੇ ਤੋ ਚੱਪਲ ਦੇ ਪੁੱਤਰਾ ਬਦਮਾਸ਼ਾ ਸੌਖੇ ਓਏ ਤੂੰ ਓ ਕਾਲੀ ਕੁਮੀ ਇਹਨਾਂ ਦਾ ਪਿਓ ਹੈ ਵੇ
ਕੋਈ ਨਹੀਂ ਇਹੀ ਮੈਂ ਕੁੱਟੀ ਸੇ ਜਿਵੇਂ ਔਲਾਦ ਕੁੱਟੀ ਨਹੀਂ ਪਈ ਹੈ ਓਏ ਬਜ਼ੁਰਗਾ ਹਾਂਜੀ ਤੂੰ ਤੜੀ ਰਹਿਣੀ ਹੈ ਕਿਹੜੀ ਓਏ ਅਕਰਮ ਮੈਂ ਪੁੱਤਰ ਆ ਪੰਜ ਦਰਿਆਵਾਂ ਦਾ ਇਹ ਇਹ ਚੰਗੇ ਟਾਈ ਲਾ ਕੇ ਠੀਕ ਹਾਲਾਂਕਿ ਗੰਦੇ ਨਾਲੇ ਦਾ ਹੈ ਬਾਰਿਸ਼ ਨਹੀਂ ਨਾ ਬਾਰਿਸ਼ ਗਟਰ ਖੁੱਲਦੇ ਵਿੱਚੋਂ ਦੀਦੀ ਨਿਕਲਦੇ ਨੇ ਡੇਢ ਦੇ ਪਿੱਛੋਂ ਚਿਬੜਾ ਤੂੰ ਆਖਣਾ ਓਏ ਮੈਂ ਪੁੱਤਰ ਆ ਪੰਜ ਦਰਿਆਵਾਂ ਦਾ ਲਾਈਕ ਸਾਊਂਡ ਕੈਮਰਾ ਇਸ਼ਕਨ ਓਏ ਮੈਂ ਪੁੱਤਰ ਆ ਪੰਜ ਦਰਿਆਵਾਂ ਦਾ ਮੈਨੂੰ ਪਹਿਲੇ ਪਤਾ ਹੀ ਕਿ ਲੈ ਬੰਦੇ ਦਾ ਕੰਮ ਨਹੀਂ ਇਤਾ ਪੂਰਾ ਮਹੱਲਾ ਕਮਾਇਸ ਆ ਤੂੰ ਆ ਕਿਰਿਆ ਮੈਂ ਤੇਰੇ ਨਾਲ ਆਇਆ ਕੋਈ ਨਹੀਂ ਨਾਲ ਨਹੀਂ ਤਾਂ ਕੋਈ ਗੱਲ ਨਹੀਂ ਸਾਰੇ ਰੰਗੀ ਸੋ ਮੈਂ ਕੀ ਕਰਨਾ ਮਤੀਰਾ ਬਦਮਾਸ਼ੀ ਬਦਮਾਸ਼ੀ ਕਾਰਗਿਨ ਸੇ ਜ਼ਬਰਦਸਤ ਫਾਸੇ ਚ ਪੈ ਗਈ ਤੂੰ ਆਖੜਾ ਮੈਂ ਕਿਰਾਇਆ ਕਹਿਣਾ ਦੇ ਸਾ ਓਏ ਇਹ ਚੰਗਾ ਲੋਕ ਰੱਖਣਾ ਲਾਈਟ ਸਾਊਂਡ ਕੈਮਰਾ ਇਸ਼ਕਨ ਅਰੇ ਕੀ ਆਖਣਾ ਓਏ ਮੈਂ ਕਿਰਾਇਆ ਕਹਿਣਾ ਦੇ ਸਾ ਮੈਂ ਗੁਰੂ ਕਿਰਾਇਆ ਖੇਨ ਗਿਨੋ ਕਿਥੋਂ ਦਾ ਕਿਰਾਇਆ ਹੈ ਇਹ ਕਿਰਾਇਆ ਹੈ ਪੱਖਰ ਦਾ ਪੱਖਰ ਦਾ ਜਿਆ ਇਹ ਖੱਡੀ ਮੀਆਂ ਵਾਲੀ ਨਹੀਂ ਹੈ ਤੂੰ ਕਿਵੇਂ ਇੱਥੇ ਬੈਠੀ ਦੇਖੋ ਮਾਰੂ ਆਵਾਜ਼ ਨਹੀਂ ਆਈ ਧਾਰ ਧਾਰ ਗੱਤੀ ਖੜਨ ਮੀਆਂ ਵਾਲੀ ਮੀਆਂ ਵਾਲੀ ਮੀਆਂ ਵਾਲੀ ਮੀਆਂ ਵਾਲੀ ਤੂੰ ਪੱਖਰ ਸਮੇਂ ਤੇ ਬਹਿ ਗਈ ਮੈਂ ਕਿ ਕਿਰਾਇਆ ਦੇ ਤੇ ਜਾਨ ਛੁੜਵਾ ਬੁਲਾ ਚਲੋ ਭਾਈਜਾਨ ਪੋ ਪੋ ਭਾਈਜਾਨ ਜੀ ਭਾਈਜਾਨ ਗੱਡੀ ਰੋਕੋ ਕਿਆ ਥੇ ਝਟਕਾ ਲੱਗਦੇ ਪੈਨ ਇਹ ਪੋਤਰਾ ਦੀ ਬੱਸ ਨਹੀਂ ਚੱਲੀ ਤੂੰ ਪਠਾਨ ਦੀ ਛੋੜੀ ਇੱਥੇ ਚਲੋ ਭਾਈ ਜਾਨ ਪਾਓ ਗੱਡੀ ਬਸ ਖੜੀ ਹੈ ਅੱਗੂ ਕਿਹਦੇ ਹੱਥ ਬਹਿ ਗਈ ਹੁਣ ਤਲੂ ਆਇਆ ਪਿਆ ਉਸ ਲੱਖ ਰੁਪਇਆ ਮੰਗ ਸੋ ਚੱਪਲ ਦੇ ਪੁੱਤਰ ਚਲੋ ਬਹੁ ਚੱਪਲ ਸ਼ੁਰੂ ਕਰੋ ਬਦਮਾਸ਼ੀ ਓਏ ਟੀਵੀ ਤੇ ਖਬਰਾਂ ਸੁਣ ਗਿੰਦੀ ਓਏ ਟੀਵੀ ਤੇ ਖਬਰਾਂ ਸੁਣ ਗਿੰਦਾ ਘਰ